With your support, we can raise your voice globally. With your support, we can address those issues that no other media talks about with your support, we can bring you breaking news from around the world. it's about consulting our allies and having a dialogue. these lessons, as i stated, was learned while working with our coalition partners. with your support, we can educate and inform everyone about who sikhs are and connect our youth to Sikhi. And it's just, um, you know, representative of a, a culture that's all about peace. Support your TV channel and help us take your voices to everyone around the world for every human rights issue. United States French ate European Courts United Nations Human Rights Committee All of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਰਮਲ ਗੁਰ ਤੇ ਮੈਂ ਟੀਵੀ ਐਚ ਯੂ ਫੋਰ ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਉਲੰਧ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੌਜੂਦ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਦਰਸ਼ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਰਸ਼ਕਾਂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਦਰਸ਼ਕਾਂ ਸਾਹਿਬ ਅੱਜ ਦੀ ਡੇਟ ਹੈਗੀ 25 ਮਈ 2016 11 ਜੇਠ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨ ਜਾ ਰਹੇ ਹੋ ਅ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਦਰਸ਼ਕਾਂ ਸ਼ਰੂਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਜੀ ਕੱਲ ਦੇ 24 ਮਈ ਦੇ ਪ੍ਰੋਗਰਾਮ ਖਾਸ ਤੌਰ ਤੇ ਜਿਹੜਾ ਨਿਊਕਲੀਅਰ ਇਸ਼ੂ 18 ਸਾਲ ਪਹਿਲਾਂ ਨਿਊਕਲੀਅਰ ਟੈਸਟ ਭਾਰਤ ਨੇ ਕੀਤੇ ਦੋ ਹਫ਼ਤੇ ਬਾਅਦ ਪਾਕਿਸਤਾਨ ਨੇ ਕੀਤੇ ਉਸ ਦੇ ਉੱਤੇ ਜਿਹੜੀ ਸਾਡੀ ਕਮੈਂਟਰੀ ਸੀ ਹਿਸਟੋਰੀਕਲ ਪਾਸਟ ਔਰ ਪ੍ਰੈਜ਼ੈਂਟ ਔਰ ਫਿਊਚਰ ਨੂੰ ਸਾਹਮਣੇ ਰੱਖਦੇ ਜੀ ਇਸ ਨੂੰ ਬਹੁਤ ਸਾਰੇ ਦਰਸ਼ਕਾਂ ਨੇ ਸਰਾਇਆ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਇਨਫੋਰਮੇਸ਼ਨ 20 ਸਾਲ ਚ ਪਤਾ ਨਹੀਂ ਕਿੰਨੀਆਂ ਥਾਵਾਂ ਦੇ ਉੱਤੇ ਸਪਰੈਡ ਆਊਟ ਸੀਯੂ ਨੂੰ ਤੁਸੀਂ ਇੱਕ ਕੰਸੋਲਿਡੇਟਡ ਫਾਰਮ ਜਦ ਦੇ ਕੈਂਟਜ ਡਿਸਕਸ ਵੀ ਕੀਤਾ ਹੈ ਔਰ ਸਿੱਖ ਨੁਕਤਾ ਨੇਗਾ ਤੋਂ ਬਫਰ ਸਟੇਟ ਖਾਲਸਤਾਨ ਹੀ ਇਸਾਰੇ ਦਾ ਸੋਲੂਸ਼ਨ ਹੈ ਉਸ ਸਾਊਥ ਏਸ਼ੀਆ ਰੀਜਨਸ ਟਕਰਾਹ ਨੂੰ ਰੋਕਣ ਲਈ ਕਿ ਇਹ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਹੈ ਇਸ ਨੂੰ ਹੀ ਸਾਨੂੰ ਅੱਗੇ ਤੋਰਨਾ ਚਾਹੀਦਾ ਹੈ ਜਿਹੜਾ ਕਿ ਇੰਟਰਨੈਸ਼ਨਲ ਲੈਵਲ ਤੇ ਸਾਨੂੰ ਸਪੋਰਟ ਦੇਵਾ ਸਕਦਾ ਹੈ ਔਰ ਇਸ ਨੂੰ ਕੋਈ ਵੀ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਇਹ ਇੱਕ ਹਿਸਟੋਰੀਕਲ ਟਰੂਥ ਵੀ ਬਣ ਗਏ ਹੈ ਔਰ ਪਵਿੱਖ ਦੇ ਵਿੱਚ ਜੇ ਇਸ ਗੱਲ 'ਵਾਲ ਇੰਟਰਨੈਸ਼ਨਲ ਡਿਸੀਜਨ ਮੇਕਰਸ ਨੇ ਜਾਂ opinion ਮੇਕਰਸ ਨੇ ਧਿਆਨ ਨਾ ਦਿੱਤਾ ਤੇ ਫਿਰ ਬਹੁਤ ਵੱਡੀ ਜਿਹੜੀ ਹੈ ਟਰੈਜੇਡੀ ਉਸ ਧਰਤੀ ਦੇ ਉੱਤੇ ਹੋਏਗੀ ਜੋ ਜਰ ਰਵਈਆ ਇੰਡੀਆ ਔਰ ਪਾਕਿਸਤਾਨ ਦਾ ਇੱਕ ਦੂਸਰੇ ਪ੍ਰਤੀ ਹੈ ਅਸੀਂ ਸਭ ਦਾ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਹਾਂ ਜੀ ਦੋ ਇਸ਼ੂ ਜਿਹੜੇ ਮੇਰੇ ਸਾਹਮਣੇ ਨੇ ਹਾਲਾਂ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਈਰਾਨ ਗਿਆ ਚਾ ਬਾਹਰ ਬੰਦਰਗਾਹ ਦੇ ਮੁੱਦੇ ਤੇ ਜਿਹਦੇ ਤੇ 500 ਮਿਲੀਅਨ ਡਾਲਰ ਖਰਚ ਕਰਨ ਦਾ ਇਕਰਾਰ ਨਾਮ ਹੈ ਹਾਲਾਂ ਇਹ ਪ੍ਰੋਜੈਕਟ ਤਾਂ 2007 ਜਾਂ 8 ਦਾ ਚੱਲ ਰਿਹਾ ਹੈ 8-9 ਸਾਲ ਬਾਅਦ ਮਸੀਂ 10 ਮਿਲੀਅਨ ਡਾਲਰ ਛੱਡੇ ਪਰ ਇਹਨੂੰ ਲੈ ਕੇ ਬੜੀ ਜਿਹੜੀ ਹੈ ਭਾਰਤੀ মিডিਆ ਜਿਹਨੂੰ ਕਹਿੰਦੇ ਨੇ ਕਿ ਵੀ ਪਲੇਇੰਗ ਟੂ ਦਾ ਹਿਲਟ ਇਹ ਜੀ ਬਹੁਤ ਵੱਡਾ ਹੋ ਗਿਆ ਹੁਣ ਈਰਾਨ ਭਾਰਤ ਅਫਗਾਨਿਸਤਾਨ ਇਹਨਾਂ ਦੀ ਸੰਧੀ ਹੋ ਗਈ ਹੁਣ ਵਾਇਆ ਪਾਕਿਸਤਾਨ ਜਾਣ ਦੀ ਲੋੜ ਨਹੀਂ ਇਹਦੇ ਨਾਲ ਅਫਗਾਨਿਸਤਾਨ ਨਾਲ ਜੁੜਨ ਦਾ ਰਸਤਾ ਖੁੱਲ ਗਿਆ ਹੈ ਔਰ ਸੈਂਟਰਲ ਏਸ਼ੀਆ ਦਾ ਰਸਤਾ ਖੁੱਲ ਗਿਆ ਔਰ ਜਿਹੜਾ ਬਹੁਤ ਵਪਾਰ ਤੇ ਦੂਜਾ ਤੀਜਾ ਹੋਗਾ ਹਾਲਾਂਕਿ ਇਹ ਕਿਸੇ ਨੇ ਨਹੀਂ ਕਿਹਾ ਵੀ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਈਰਾਨ ਦਾ ਇਹਨਾਂ ਨੇ 8.5 ਮਿਲੀਅਨ ਡਾਲਰ ਜਿਹੜਾ ਆਇਲ ਚੋਰੀ ਛੁਪੇ ਲੈਂਦੇ ਰਿਹਾ ਈਰਾਨ ਤੋਂ ਜੀ ਉਹ న్యూਸ ਇਹਨਾਂ ਨੇ ਦਿੱਤਾ ਨਹੀਂ ਸੀ ਉਹਨਾਂ ਨੇ ਸ਼ਰਤ ਰੱਖੀ ਕਿ ਭਾਈ ਪਹਿਲਾਂ ਇਹ ਪੈਸੇ ਦਿਓ ਤੇ ਫਿਰ ਆਉਣ ਦੀ ਜ਼ਹਿਮਤ ਉਠਾਣਾ ਸੋ ਬਾਕੀ ਈਰਾਨ ਜਿਹਦੀ ਸਿਵਲਾਈਜ਼ੇਸ਼ਨ ਜਾਂ ਜਿਹੜਾ ਇਸਲਾਮ ਦਾ ਇੱਕ ਅੱਡਾ ਹੈ ਪੂਰਾ ਉਸ ਨਾਲ ਇੰਡੀਆ ਇਹ ਸਮਝੇ ਕਿ ਜੀ ਈਰਾਨ ਦੇ ਪਾਕਿਸਤਾਨ ਨਾਲ ਰਿਲੇਸ਼ਨਸ਼ਿਪ ਖਰਾਬ ਹੋ ਜਾਏਗੀ ਜਾਂ ਇਸ ਬਹਾਨੇ ਨਾਲ ਇੰਡੀਆ ਇੱਕੋ ਵੇਲੇ ਸਾਊਦੀ ਅਰੇਬੀਆ ਨੂੰ ਵੀ ਚੁੰਡੇਗਾ ਜਿੱਥੇ ਸੁੰਨੀ ਇਸਲਾਮ ਹੈ ਈਰਾਨ ਨੂੰ ਵੀ ਕਰੇਗਾ ਜਿੱਥੇ ਸ਼ੀਆ ਇਸਲਾਮ ਹੈ ਇਹ ਪਤਾ ਨਹੀਂ ਕਿਹੜੇ ਜਿਹੜਾ ਕਿਸ ਦੁਨੀਆ 'ਚ ਰਹਿੰਦੇ ਨੇ ਜੀ ਇਹਨਾਂ ਨੂੰ ਹਿਸਟਰੀ ਦੀ ਸਮਝ ਹੋਣੀ ਚਾਹੀਦੀ ਹੈ ਬੜੇ ਚੰਗੇ ਢੰਗ ਦੇ ਨਾਲ ਕਿਉਂਕਿ ਉਹ ਨਵਾਂ ਇਤਿਹਾਸ ਚ ਲਿਖਾ ਰਹੇ ਨੇ ਪਰ ਬਹੁਤ ਵਾਰ ਇਹ ਹੁੰਦਾ ਹੈ ਵੀ ਜਿਹੜੇ ਲੋਕ ਆਪਣੇ ਬਹੁਤ ਵੱਡਾ ਝੂਠ ਬੋਲਦੇ ਨੇ ਫਿਰ ਆਪਣੇ ਝੂਠ 'ਚ ਆਪ ਹੀ ਯਕੀਨ ਵੀ ਕਰਦੇ ਨੇ ਉਹ ਇਹ ਭੁੱਲ ਜਾਂਦੇ ਨੇ ਕਿ ਈਰਾਨ ਔਰ ਪਾਕਿਸਤਾਨ ਦੇ ਰਿਲੇਸ਼ਨਸ ਇਨ ਸਪਾਈਟ ਆਫ ਕਿ ਪਾਕਿਸਤਾਨ ਦੇ ਵਿੱਚ ਸਮੇਂ-ਸਮੇਂ ਸੁੰਨੀ ਸ਼ੀਆ ਟਕਰਾਅ ਵੀ ਹੁੰਦਾ ਰਹੇ ਲੇਕਿਨ ਪਾਕਿਸਤਾਨ ਦੀ ਪਾਲਿਸੀ ਉਸ ਲੈਵਲ ਤੇ ਔਰ ਜਨਰਲ Ziaul Haq ਦੇ ਜ਼ਮਾਨੇ ਜਦੋਂ ਕਿ ਉਹ ਸਾਊਦੀ ਅਰੇਬੀਆ ਦੇ ਬਹੁਤ ਨੇੜੇ ਸੀ ਸਾਊਦੀ ਅਰੇਬੀਆ 'ਚ ਉਹਨਾਂ ਨੇ ਪਾਕਿਸਤਾਨੀ ਆਰਮੀ ਦੀ ਮੰਗ ਕੀਤੀ ਉਹਦੇ ਸਕਿਉਰਟੀ اور ਦੂਸਰੀਆਂ ਥਾਵਾਂ ਦੇ ਉੱਤੇ ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿਉਂਕਿ ਉਹ ਸੁੰਨੀ ਕੰਟਰੀ ਹੈ ਔਰ ਸ਼ੀਆ ਨੂੰ ਲਾਇਕ ਪਸੰਦ ਨਹੀਂ ਕਰਦਾ ਈਰਾਨ ਨਾਲ ਵੀ ਟੱਕਰ ਹੈ ਈਰਾਨ ਸ਼ੀਆ ਕੰਟਰੀ ਹੈ ਜੀ ਉਹਨਾਂ ਨੇ ਪਾਕਿਸਤਾਨ ਨੂੰ ਕਿਹਾ ਕਿ ਜੀ ਆਰਮੀ ਦੇ ਉਹੀ ਲੋਕ ਭੇਜੋ ਜਿਹੜੇ ਕਿ ਸੁੰਨੀ ਹੋਣ ਸ਼ੀਆ ਨਹੀਂ ਔਰ ਪਾਕਿਸਤਾਨ ਨੇ ਨਾ ਕਰ ਦਿੱਤੀ ਸੋਨ ਨੇ ਕਿਹਾ ਜੀ ਸਾਡੀ ਨੈਸ਼ਨਲਿਸਟ ਆਰਮੀ ਹੈਗੀ ਔਰ ਅਸੀਂ ਇੱਥੇ ਸੁੰਨੀ ਸ਼ੀਆ ਦੇ ਬੇਸ ਦੇ ਉੱਤੇ ਕੋਈ ਫੌਜ ਨਹੀਂ ਬਣਾਈ ਹੋਈ ਜੀ ਔਰ ਪਾਕਿਸਤਾਨ ਦੇ ਵਿੱਚ 25-30% ਦੇ ਕਰੀਬ 30% ਦੇ ਨੇੜੇ ਤੇੜੇ ਸ਼ੀਆ ਪੋਪੂਲੇਸ਼ਨ ਹੈ ਔਰ ਪਾਕਿਸਤਾਨ ਦੇ ਫਾਊਂਡਰ ਬਾਨੀ ਜਿਹੜੇ ਨੇ ਮੁਹੰਮਦ ਅਲੀ ਜਨ ਉਹ ਵੀ ਇਸਮਾਇਲੀ ਸਨ ਜਿਹੜੇ ਕਿ ਉਸ ਡੈਫੀਨੇਸ਼ਨ ਨਾਲ ਸ਼ੀਆ ਕੈਟਾਗਰੀ ਚ ਫਾਲ ਕਰਦੇ ਨੇ ਔਰ ਇਸੇ ਤਰ੍ਹਾਂ ਅਫਗਾਨਿਸਤਾਨ ਦੇ ਨਾਲ ਹੁਣ ਭਾਰਤ ਇਹ ਸਮਝੇ ਕਿ ਜੀ ਵਾਇਆ ਈਰਾਨ ਉਹ ਅਫਗਾਨਿਸਤਾਨ ਪਹਿਲਾਂ ਤਾਂ ਦੇਖੋ ਵੀ ਈਰਾਨ ਅਫਗਾਨਿਸਤਾਨ ਦੇ ਆਪਣੇ ਕੀ ਰਿਸ਼ਤੇ ਨੇ ਔਰ ਜਿਹੜਾ ਈਰਾਨ ਦੇ ਸ਼ੀਆ ਪਾਪੂਲੇਸ਼ਨ ਅਫਗਾਨਿਸਤਾਨ ਦੇ ਵਿੱਚ ਜਿਹੜਾ ਹਜ਼ਾਰਾ ਉਹਨਾਂ ਦਾ ਇੱਕ ਟ੍ਰਾਈਬ ਹੈ ਜਿਹਨਾਂ ਨੂੰ ਬਹੁਤ ਘਟਿਆ ਮੰਨਿਆ ਜਾਂਦਾ ਉਹ ਸ਼ੀਏ ਨੇ ਉਹਨਾਂ ਦੇ ਨਾਲ ਉਹ ਕੀ ਸਲੂਕ ਕਰਦੇ ਨੇ ਜੀ ਸੋ ਹੁਣ ਪਠਾਣਾ ਨੂੰ ਅਫਗਾਨਾਂ ਨੂੰ ਕਹੋ ਕਿ ਜੀ ਉਹ ਵਾਇਆ ਈਰਾਨ ਔਰ ਇੰਡੀਆ ਦੇ ਨਾਲ ਉਹਨਾਂ ਦਾ ਹੈ ਸੋ ਹਵਾਈ ਕਿਲੇ ਨੇ ਸੋ ਇਸ ਲਈ ਮੈਂ ਉਹਦਾ ਨੋਟਿਸ ਵੀ ਨਹੀਂ ਸੀ ਲਿਆ ਪਰ ਮੈਂ ਇਨਾ ਕੁ ਵੇਰਵਾ ਵੀ ਇਸ ਲਈ ਦਿੱਤਾ ਕਿਉਂਕਿ ਸਾਡੇ ਜਿਹੜੇ ਦਰਸ਼ਕ ਔਰ ਸ਼ਰੋਤੇ ਇੰਟਰਨੈਸ਼ਨਲ ਅਫੇਅਰਸ ਬਾਰੇ ਜਾਣਕਾਰੀ ਰਹਿਣਾ ਚਾਹੁੰਦੇ ਉਹਨਾਂ ਚੋਂ ਕੁਛ ਨੇ ਮੈਨੂੰ ਲਿਖਿਆ ਵੀ ਕਾਲ ਵੀ ਕਰਕੇ ਕਿਹਾ ਕਿ ਇਸ ਡਿਵੈਲਪਮੈਂਟ ਤੇ ਤੁਸੀਂ ਕੋਈ ਕਮੈਂਟ ਨਹੀਂ ਕੀਤਾ ਸੋ ਮੇਰਾ ਇਹੀ ਕਹਿਣਾ ਸੀ ਮੈਂ ਕਿਹਾ ਜੀ ਇਹ ਕੁਝ ਵੀ ਨਹੀਂ ਹੈ ਇਹ ਤਾਂ ਜਿਸ ਲੈਵਲ ਦਾ ਹੈ ਰਾਈ ਦਾ ਪਹਾੜ ਬਣਾਉਂਦੇ ਨੇ 8 ਸਾਲ ਇਹਨਾਂ ਨੂੰ ਲੱਗੇ ਕਿ ਵੀ ਇਹਨਾਂ ਨੇ ਉਹ 10 ਮਿਲੀਅਨ ਡਾਲਰ ਦਾ ਸ਼ੁਰੂ ਕਰਨਾ ਚਾਹ ਬਹਾਰ ਔਰ ਕੋਈ ਸਬਸਟੀਟਿਊਟ ਇਨ ਦਾ ਐਂਡ ਜਦੋਂ ਤੁਸੀਂ ਟ੍ਰੇਡ ਦੇ ਹਵਾਲੇ ਨਾਲ ਦੇਖਦੇ ਹੋ ਇਹਨਾਂ ਨੂੰ ਪੁੱਛੋ ਕਿ ਚਾਹ ਬਹਾਰ ਤੱਕ ਪਹੁੰਚਣ ਦੇ ਲਈ ਕਿਹੜਾ ਰਸਤਾ ਹੈ ਜੀ ਕਿੰਨਾ ਵਕਤ ਜਿਹੜਾ ਹੈ ਉਹੀ ਚੀਜ਼ ਹੋਣੀ ਹੈ ਕਹੋ ਜੀ ਕਿ ਅਫਗਾਨਿਸਤਾਨ ਨੂੰ ਵੀ ਬੜਾ ਫਾਇਦਾ ਹੋਇਆ ਹੈ ਅਫਗਾਨਿਸਤਾਨ ਕੋਲ ਹੁਣ ਅਲਟਰਨੇਟ ਪੋਰਟ ਹੋਏਗੀ ਜੇ ਕਰਾਚੀ ਤੋਂ ਹੁਣ ਸਮਾਨ ਜਾਂਦਾ ਹੈ ਤੇ ਉਹ ਜੇ ਕਰਾਚੀ ਨਹੀਂ ਹੋਏਗਾ ਤਾਂ ਚਾਹ ਬਹਾਰ ਤੋ ਜਾਏਗਾ ਉਹ ਨੂੰ ਪੁੱਛੋਗੇ ਜੀ ਕਰਾਚੀ ਔਰ ਉਸ ਰਾਉਟ ਨਾਲ ਕੀ ਸਬੰਧ ਹੈ ਜਾਂ ਉਹ ਕਿਵੇਂ ਇਕੁਅਲ ਹੋ ਸਕਦੇ ਨੇ ਠੀਕ ਹੈ ਅਮਰਜੈਂਸੀ ਲੈਂਡਿੰਗ ਕਿਸੇ ਵੜੇ ਹੋਏਗੀ ਕਦੋਂ ਇਹ ਡਿਵੈਲਪ ਕਰਨਗੇ ਕਿੰਨੇ ਰਿਸ਼ਤੇ ਬਦਲਣਗੇ ਵਿਗੜਨਗੇ ਜੀ ਔਰ ਇਹ ਵੀ ਖੁਦ ਮੀਡੀਆ ਨੇ ਇੰਡੀਅਨ ਮੀਡੀਆ ਨੇ ਮੰਨਿਆ ਹੈ ਕਿ ਵੀ ਜਦੋਂ ਈਰਾਨ ਮੁਸੀਬਤ ਦੇ ਵਿੱਚ ਸੀ ਔਰ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਨੇ ਇਸ ਦੇ ਉੱਤੇ ਕਿ ਈਰਾਨ ਤੇ ਸੈਂਕਸ਼ਨ ਲਾਈਆਂ ਜਾਣ ਕੇ ਨਾ ਸੀ ਤਾਂ ਇੰਡੀਆ ਨੇ ਅਮਰੀਕਾ ਦੇ ਪ੍ਰੈਸ਼ਰ ਥੱਲੇ ਈਰਾਨ ਦੇ ਖਿਲਾਫ ਵੋਟ ਪਾਈ ਸੀ ਜੀ ਔਰ ਈਰਾਨ ਕਦੇ ਇਸ ਨੂੰ ਭੁੱਲ ਨਹੀਂ ਸਕਦਾ ਕਿਉਂਕਿ ਉਹ ਬੜੀ ਕ੍ਰੂਸ਼ਲ ਵੋਟ ਸੀ ਜਿਹਦੇ ਤੇ ਬੇਸ ਟੂ ਦੇ ਤੇ ਸੈਂਕਸ਼ਨ ਲੱਗੀਆਂ ਸੀ ਸੋ ਕੋਲ ਮੜ ਆ ਕੇ ਚਲੋ ਈਰਾਨੀਆਂ ਨੇ ਆਪਣੇ 8.5 ਮਿਲੀਅਨ ਡਾਲਰ ਕਢਾ ਲਏ ਜੇ 10-20 ਮਿਲੀਅਨ ਡਾਲਰ ਇਹ ਹੋਰ ਲਾ ਦੇਣਗੇ ਉੱਥੇ ਤੇ ਚਲੋ ਇਹ ਖੁਸ਼ੀ ਦੀ ਗੱਲ ਹੈ ਅਦਰ than that ਜਿਸ ਤਰੀਕੇ ਨਾਲ ਹਾਲਾਂਕਿ ਅਮਰੀਕਾ ਦੇ ਵਿੱਚ ਵੀ ਇਸ ਮੁੱਦੇ ਦੇ ਉੱਤੇ ਕੁਝ ਸੈਨੇਟਰਸ ਨੇ ਔਰ ਕਾਂਗਰਸਮੈਨ ਨੇ ਜਿਹਨੂੰ ਕਹਿੰਦੇ ਨੇ ਟੂ ਰੇਜ਼ देयर ਆਈਬ੍ਰੋਸ ਕਿ ਇੰਡੀਆ ਕਿੱਧਰ ਨੂੰ ਜਾ ਰਿਹਾ ਔਰ ਮੈਂ ਸਮਝਦਾ ਵੀ ਇਹਦੇ ਨਾਲੋਂ ਵੀ ਜ਼ਿਆਦਾ ਜਿਹੜਾ ਸ਼ਾਇਦ ਆਈਬ੍ਰੋ ਰੇਜ਼ ਹੋਣੇ ਚਾਹੀਦੇ ਨੇ ਕਿ ਜਿਹੜੇ ਇਰਾਨੀਅਨ ਪ੍ਰੈਜ਼ੀਡੈਂਟ ਨੇ ਜਦੋਂ ਇੰਡੀਆ ਨੂੰ ਥੈਂਕ ਯੂ ਕਿ ਤੋ ਉਹਨਾਂ ਨੇ ਕਿਹਾ ਜੀ ਜਦੋਂ ਸਾਡੇ ਤੇ ਸੈਂਕਸ਼ਨਸ ਸੀ ਔਰ ਬਹੁਤ ਸਾਰੀਆਂ پابੰਦੀਆਂ ਸੀ ਤੁਸੀਂ ਸਾਡੀ ਬਹੁਤ ਮਦਦ ਕੀਤੀ ਸੋ ਜ਼ਾਹਰ ਹੈ ਕਿ ਇਹ ਗੱਲ ਵੀ ਲੋਕੀ ਛਿਪੀ ਨਹੀਂ ਹੈ ਕਿ ਇੰਡੀਆ ਨੇ ਇੰਟਰਨੈਸ਼ਨਲ ਸੈਂਕਸ਼ਨਸ ਨੂੰ ਫਲਾਊਟ ਕਰਦੇ ਆ ਵੀ ਉਹਨਾਂ ਤੋਂ ਤੇਲ ਵੀ ਖਰੀਦੇ ਰਹੇ ਸਸਤੇ ਭਾਅ 'ਈ ਔਰ ਜਿਹੜਾ ਜੇ ਉਹਨਾਂ ਨੇ ਥੈਂਕ ਯੂ ਕੀਤਾ ਇਹਦਾ ਮਤਲਬ ਹੈ ਵੀ ਉਹ ਸੈਂਕਸ਼ਨਸ ਵੀ ਫਲਾਊਟ ਕਰਦੇ ਰਹੇ ਔਰ ਅਮਰੀਕਨ ਵੀ ਜਿਹੜੀ ਉਹਨਾਂ ਦੀ ਅਸਿਸਟੈਂਟ ਐਸ ਸੈਕਟਰੀ ਆਫ ਸਟੇਟ ਪਾਵਨ ਗੁਜਰਾਤਣ ਹੈ ਉਹ ਉਹਨੇ ਵੀ ਕਿਹਾ ਕਿ ਜੀ ਅਸੀਂ ਨਜ਼ਰ ਰੱਖ ਰਹੇ ਆ ਇਹਦੇ ਤੇ ਕਿ ਵੀ ਜਿਹੜੀ ਕੋਈ ਮਿਲਟਰੀ ਕੋਆਪਰੇਸ਼ਨ ਜਾਂ ਦੂਜਾਤੀ ਜਾਤ ਇਰਾਨ ਨਾਲ ਨਹੀਂ ਹੈ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਸਭ ਤੋਂ ਹਾਸੋਹੀਣੀ ਗੱਲ ਦੋਨਾਂ ਪੱਖਾਂ ਤੋਂ ਇਹ ਸੀ ਇਰਾਨ ਔਰ ਇੰਡੀਆ ਤੋਂ ਕਿ ਦੋਨੋਂ ਟੈਰੋਰੀਜ਼ਮ ਦੇ ਖਿਲਾਫ ਗੱਲ ਕਰ ਰਹੇ ਨੇ, دہشت گردੀ ਦੇ। ਹੁਣ ਕੋਣ ਨਹੀਂ ਜਾਣਦਾ ਕਿ ਹਿਜ਼ਬੁੱਲਾ ਹੋਏ ਜਾਂ ਹਮਸ ਹੋਏ, ਹਮਸ ਫਲਸਤੀਨ ਦੇ ਵਿੱਚ, ਹਿਜ਼ਬੁੱਲਾ ਲਿਬਨਾਨ ਦੇ ਵਿੱਚ ਔਰ ਹੁਣ ਸੀਰੀਆ ਦੇ ਵਿੱਚ ਅਸਾਦ ਦੀ ਹਕੂਮਤ ਨੂੰ ਇਰਾਨ ਸਪੋਰਟ ਕਰਦਾ ਹੈ। ਜਮਨ ਦੇਵਿਸ ਜਿਹੜੀ ਮੁੱਖ ਫੈਕਸ਼ਨ ਹੈ ਜਿਸ ਨੂੰ دہشتਗਰਦ ਲਾਨਾ ਉਹਨੂੰ ਉਹਦੇ ਇਰਾਨ ਹਮਾਇਤ ਕਰਦੇ ਜੀ ਸੋ ਜਿਹੜਾ ਮੁਲਕ ਮਿਡਲ ਈਸਟ ਦੇ ਵਿੱਚ ਚਾਰ ਮੇਜਰ ਜਿਹੜੀਆਂ ਹਨ ਜਿਨ੍ਹਾਂ ਨੂੰ ਇੰਟਰਨੈਸ਼ਨਲ ਜਿਹੜੇ ਲੈਵਲ ਤੇ دہشتਗਰਦ ਜਥੇਬੰਦੀਆਂ ਲਾਨਿਆ ਹੋਇਆ ਹੈ ਉਹਨਾਂ ਦੀ ਹਰ ਤਰੀਕੇ ਦੇ ਨਾਲ ਵਿਦ ਮੈਨ ਐਂਡ ਮਟੀਰੀਅਲ ਮਦਦ ਕਰਦੇ ਹੋਣ ਤੇ ਜਿਹੜੇ ਭਾਰਤ ਦੇ ਹਵਾਲੇ ਨਾਲ ਗੱਲ ਕਰਨੀ ਹੈ ਜਿਹਨੇ ਗਵਾਂਡੀ ਦੇਸ਼ ਪਾਕਿਸਤਾਨ ਤੋੜਿਆ ਹੋਏ ਮੁਕਤੀ ਵਾਹਿਣੀ ਬਣਾ ਕੇ ਟੈਰਰਿਜ਼ਮ ਕ੍ਰੀਏਟ ਕਰਕੇ ਜੀ Sri Lanka ਚ ਲਟੇ ਖੜੀ ਕੀਤੀ ਹੋਏ ਕਿਸ ਤਰੀਕੇ ਦੇ ਨਾਲ ਨੇਪਾਲ ਚ ਅੱਜ ਜਿਹੜੇ ਮਿਧਾਵੀ ਉਹਨਾਂ ਦਾ ਫਿਰਕਾ ਜਿਹੜੇ ਨਵੇਂ ਬਿਹਾਰ ਔਰ ਯੂਪੀ ਦੇ ਨਾਲ ਲੱਗਦੇ ਉਹਨਾਂ ਨੂੰ ਜਿਹੜਾ ਟ੍ਰੇਨਡ ਕਰ ਰਹੇ ਹੋਣ ਕਦੇ ਬਲਾਕੇਟ ਕਰਨ ਲਈ ਔਰ ਉੱਥੇ ਵੀ دہشتਗਰਦੀ ਸ਼ੁਰੂ ਕਰਵਾਣਗੇ ਔਰ ਜਿਨੇ ਪਾਕਿਸਤਾਨ ਦਾ ਨਕਸ਼ਾ ਦੰਮ ਕੀਤਾ ਹੋਏ ਬਲੋਚਿਸਤਾਨ ਚ ਜਿਹੜਾ ਉਹ ਉਹਨਾਂ ਨੂੰ ਨੈਸ਼ਨਲ ਸਟਾਰਮੀ ਤੇ ਫਲਾਣਾ ਖੜਾ ਕਰਕੇ ਉਹਨਾਂ ਦੀ ਟ੍ਰੇਨਿੰਗ ਨਾਲ ਔਰ ਉਹਨਾਂ ਦੇ ਉਹ ਗੁਰਲੇ ਇੰਡੀਅਨ ਮੀਡੀਆ ਦੇ ਉੱਤੇ ਆ ਕੇ ਜਿਹੜੀਆਂ ਨੇ ਆਪਣੀਆਂ ਕਮੈਂਟਰੀਜ਼ ਦੇ ਰਹੇ ਹੋਣ ਜੀ ਹੁਣ ਇਹ ਜਦੋਂ ਤੁਸੀਂ ਇਸ ਕਿਸਮ ਦੀ ਗੱਲ ਦੇਖਦੇ ਹੋ ਕਿ ਇੱਕ دہشتਗਰਦ ਮੁਲਕ ਜਿਹਨੂੰ ਜਿਹੜਾ ਉਹ ਦੁਨੀਆ ਨੂੰ ਪਤਾ ਹੈ ਕਿ ਭਈ ਇੰਡੀਆ ਦਾ ਕੀ ਰੋਲ ਹੈ ਇਸ ਕਿਸੇ ਉਹਨਾਂ ਦੀਆਂ ਰਾ ਔਰ ਦੂਸਰੀਆਂ ਏਜੰਸੀਆਂ ਕੀ ਕਰਦੀਆਂ ਵਿਦਨ ਕੰਟਰੀ ਕੀ ਕਰਦੀਆਂ ਔਰ ਈਰਾਨ ਦੇ ਉੱਤੇ ਤਾਂ ਸੈਂਕਸ਼ਨਸ ਹੀ ਇਸ ਗੱਲ ਹੀ ਰਹੀਆਂ ਜਾਂ ਇਜ਼ਰਾਈਲ ਅਜੇ ਤੱਕ ਵੀ ਜਿਹੜਾ ਉਹ ਇਸ ਨੂੰ ਆਫ ਦਾ ਹੁਕਮ ਨਹੀਂ ਕਰਦਾ ਹੈ ਕਿ ਵੀ ਇਹ ਕਿਉਂ ਹੋਇਆ ਤੇ ਇਹ دہشت ਗਰਦੀ ਦੇ ਖਿਲਾਫ ਗੱਲ ਹੈ ਸੋ ਇਹ ਵਹੀ ਹੈ ਕਿ ਕਾਜ਼ੀਆਂ ਬਹਾਮਣਾ ਕੀ ਗੱਲ ਥੱਕੀ ਅਗਧ ਪੜੈ ਸ਼ੈਤਾਨ ਵੇ ਲਾ ਲੋ ਕਿ ਵੀ ਨਿਕਾਜਾਂ ਵਿਆਹ ਜਿਹੜਾ ਉਹ ਕਾਜ਼ੀ ਔਰ ਪੰਡਤ ਨਹੀਂ ਪੜਾ ਰਿਹਾ ਉਹ ਸ਼ੈਤਾਨ ਜਿਹੜਾ ਉਹ ਜਿਹੜਾ ਉਹ ਪੜ ਰਿਹਾ ਹੈ ਕੁਰਾਨ ਦੀਆਂ ਆਇਤਾਂ ਔਰ ਨਿਕਾਹ ਕਰਵਾ ਰਿਹਾ ਔਰ ਜਿਹੜਾ ਸ਼ੈਤਾਨ ਹੈ ਉਹ ਵੀਦ ਮੰਤਰ ਪੜ੍ਹ ਕੇ ਜਿਹੜਾ ਉਹ Hindu ਵਿਆਹ ਕਰ ਰਿਹਾ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਆ ਵੀ ਇਹ ਇੱਕ ਜਿਹਨੂੰ ਤੁਸੀਂ ਕਹੋ ਕਿ ਬਈ ਕਾਈਂਡ ਆਫ ਸ਼ੋ ਹੈ ਔਰ ਇਸ ਚੋਂ ਕੋਈ ਲੌਂਗ ਟਰਮ ਨਿਕਲਣ ਵਾਲਾ ਨਹੀਂ ਹੈ ਇਹ ਸੋ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂ ਅਜੇ ਕੁਝ ਸਮਾਂ ਪਹਿਲਾਂ ਚਾਈਨਾ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਈਰਾਨ ਹੋ ਕੇ ਗਿਆ ਔਰ ਇਹਨਾਂ ਦੀ ਸਾਰੀ ਜਿਹੜੀ ਟ੍ਰੇਡ ਕੁਝ ਵੀ ਨਹੀਂ ਹੈ ਇੰਡੀਆ ਦੀ ਮੇਰਾ ਖਿਆਲ ਹੈ ਅਈ ਫਿਊ ਹੰਡਰਡ ਮਿਲੀਅਨ ਵਿਨਿੰਗ ਹੋਣੀ ਜੀ ਔਰ ਚਾਈਨਾ ਨੇ ਜਿਹੜਾ ਆਲਰੇਡੀ ਉਹਨਾਂ ਨਾਲ ਉਹਨਾਂ ਦਾ ਕਹਿਣਾ ਹੈ ਕਿ ਕਿੰਨਾ 600 ਬਿਲੀਅਨ ਕਿੰਨੀ ਉਹਨਾਂ ਦੀ ਬਾਈ 2020 ਤੋਂ uh, 2030 ਤੱਕ ਉਹਨਾਂ ਦੇ ਕਰਨ ਦਾ ਟਾਰਗੇਟ ਹੈ ਸੋ ਖੁੱਲ ਮੁਲਾ ਕੇ ਇਰਾਨੀ ਸਮਾਰਟ ਨੇ ਉਹਨਾਂ ਦੀ ਆਪਣੀ ਸਿਵਲਾਈਜੇਸ਼ਨ ਹੈ ਇਨੀਆਂ ਸੈਂਕਸ਼ਨਸ ਹੋਣ ਦੇ ਬਾਵਜੂਦ ਉਹਨਾਂ ਨੇ ਸਰਵਾਈਵ ਕੀਤਾ ਔਰ ਉਹ ਆਪਣੇ ਰਸਤੇ ਵੀ ਖੁੱਲੇ ਰੱਖਣਗੇ ਔਰ ਇਸ ਵੇਲੇ ਕਿਉਂਕਿ ਮਿਡਲ ਈਸਟ ਅਨਸਟੇਬਲ ਹੋਇਆ ਹੈ ਔਰ ਜੋ ਸੀਰੀਆ ਚੱਲ ਰਿਹਾ ਹੈ ਇਵਨ ਅਮਰੀਕਾ ਵੈਸਟਰਨ ਕੰਟਰੀਜ਼ ਨੂੰ ਵੀ ਲੱਗਾ ਹੈ ਕਿ ਇਰਾਨ ਦੀ ਮਦਦ ਰੜੀਂਦੀ ਹੈ ਇਸ ਲਈ ਸੈਂਕਸ਼ਨਸ ਦਾ ਜਿਹੜਾ ਸੀ ਉਹਨਾਂ ਨੇ ਢਿੱਲਾ ਕੀਤਾ ਹੈ ਸ਼ਕੰਜਾ ਸੋ ਖੁਲਮਲਾ ਕਿ ਇਰਾਨ ਦਾ ਬਿਗਰ ਰੋਲ ਹੈ ਪਰ ਜੇ ਇੰਡੀਆ ਇਹ ਸਮਝਦਾ ਹੈ ਕਿ ਉਹ ਮੁਸਲਮਾਨਾਂ ਨਾਲ ਨੂੰ ਕਿਵੇਂ ਟਰੀਟ ਕਰ ਰਿਹਾ ਹੈ ਵਿਥਨ ਇੰਡੀਆ ਉਹ ਮੁਸਲਮਾਨ ਜਿਹੜੇ ਨੇ ਕੋਈ ਸਾਰੇ ਸੁੰਨੀ ਤਾਂ ਨਹੀਂ ਹੈ ਔਰ ਮੈਨੂੰ ਹਾਲਾਂਕਿ ਅੰਦਾਜ਼ਾ ਤਾਂ ਨਹੀਂ ਹੈ ਮੇਰਾ ਖਿਆਲ ਹੈ ਵੀ 170 ਮਿਲੀਅਨ ਮੁਸਲਮਾਨਾਂ ਚੋਂ ਜੇ ਜ਼ਿਆਦਾ ਨਹੀਂ ਤਾਂ 30 35% ਸ਼ੀਆ ਮੁਸਲਮਾਨ ਹੋਣਗੇ ਸੋ ਈਰਾਨ ਵਾਲਿਆਂ ਨੂੰ ਕਿਹੜਾ ਨਹੀਂ ਪਤਾ ਕਿ ਭਈ ਕੀ ਹੈ ਔਰ ਉੱਥੇ ਤੁਸੀਂ ਜੇ ਦਿੱਲੀ ਦੇ ਵਿੱਚ ਉਰਦੂ ਚ ਕੋਈ ਪੋਸਟਰ ਲਿਖ ਰਿਹਾ ਹੈ ਤੇ ਆ ਕੇ ਬਜਰੰਗਦਲ ਵਾਲੇ ਉਹਨੂੰ ਰੋਕ ਰਹੇ ਨੇ ਔਰ ਉਹਨੂੰ ਲਿਖਣਾ ਜਿਹੜਾ ਬੰਦ ਕਰ ਦਿੰਦੇ ਨੇ ਤਾਂ ਉੱਥੇ ਜਾ ਕੇ ਮੋਦੀ ਜਿਹੜਾ ਉਹ ਗਾਲਬ ਦੇ ਸ਼ੇਰ ਕੋਟ ਕਰ ਰਿਹਾ ਈਰਾਨੀਆਂ ਨੂੰ ਜਾਂ ਉਹਨਾਂ ਦਾ ਹਾਸ਼ਮ ਜਾਂ ਕੋਈ ਇਸ ਕਿਸਮ ਦਾ ਹੈ ਬੜਾ ਪ੍ਰੋਮਿਨੈਂਟ ਪੋएट ਉਹਨੂੰ ਕੋਟ ਕਰ ਰਹੇ ਨੇ ਸੋ ਉਹਨਾਂ ਨੂੰ ਨਹੀਂ ਪਤਾ ਇਰਾਨੀ 5000 ਸਾਲ ਦੀ ਸਿਵਲਾਈਜੇਸ਼ਨ ਵਾਲੇ ਸਕਾਲਰਸ ਔਰ ਇਸ ਟਾਈਪ ਦਾ ਜਿਨ੍ਹਾਂ ਦਾ ਦੀਆਂ ਲਿਖਤਾਂ ਨੇ ਵੀ ਅੱਜ ਵੀ ਬੰਦਾ ਆਸ਼ਾਸ਼ ਕਰਦਾ ਉਹ ਭਾਵੇਂ ਰੋਮੀ ਦਾ ਹੋਏ ਔਰ ਉਹਦੇ ਸ਼ੇਅਰ ਕੋਰਟ ਹੁੰਦੇ ਨੇ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਬਹੁਤ ਵਾਰੀ ਹੈ ਡਿਪਲੋਮੇਸੀ ਦੇ ਵਰਲਡ ਜੀ ਐਮ ਇੱਕ স্মੋਕ ਸਕ੍ਰੀਨ ਜਿਹੀ ਕ੍ਰੀਏਟ ਕੀਤੀ ਜਾਂਦੀ ਹੈ ਉਹ ਇਰਾਨ ਨੂੰ ਵੀ ਸੂਟ ਕਰਦਾ ਹੈ ਇੰਡੀਆ ਨੂੰ ਵੀ ਕਰਦਾ ਹੈ ਸੋ ਕੁੱਲ ਮਿਲਾ ਕੇ ਹਾਲਾਂਕਿ ਮੈਂ ਚਰਚਾ ਨਹੀਂ ਸੀ ਕਰਨੀ ਪਰ ਕਿਉਂਕਿ ਸਾਡੀ ਸਾਡੇ ਬਹੁਤ ਸਾਰਿਆਂ ਨੇ ਪੁੱਛਿਆ ਸੀ ਮੈਂ ਕਰਦੇ ਕਰਦੇ ਫਿਰ ਵੀ ਉਹਨੂੰ ਖਿੱਚ ਕੇ ਲੰਬਾ ਲੈ ਗਏ ਜੀ ਔਰ ਮੇਰਾ خیال ਹੈ ਜੀ ਕਿਲਾਣਾ ਨੇ ਫਿਰ ਆਪਾਂ ਉਸ ਦਿਨ ਸੀ ਡਿਸਕਸ ਕਰਾਂਗੇ ਦਰਸ਼ਕੋ ਤੁਸੀਂ ਨਾਲ ਇਸ ਤਰ੍ਹਾਂ ਬਨੇ ਰਹਿਣਾ ਮਿਲਦੇ ਆਂ ਛੋਟੇ ਬ੍ਰੇਕ ਤੋਂ ਬਾਅਦ